ਮਤਲਬ ਬੰਦਾ ਮੈਂ ਕਹਿੰਦਾ ਸੁਸਾਈਡ ਕਰ ਲਵੇ ਸਾਲਾ ਇਧਰੋਂ ਆਮ ਨਾਲ। ਮੈਂ ਅੱਜ ਤੱਕ ਕਦੇ ਵੀ ਕਿਸੇ ਵੀ ਸਟੇਟ ਦੀ ਦੋ ਡਿਸਟ੍ਰਿਕਟ ਹੈੱਡਕੁਆਰਟਰ ਨੂੰ ਜੋੜਨ ਵਾਲੀ ਸੜਕ ਇਹੋ ਜਿਹੀ ਨਹੀਂ ਦੇਖੀ ਜੀ। ਮੈਨੂੰ ਲੱਗਦਾ ਜਿਹੜਾ ਅੱਜ ਤੋਂ ਜਦੋਂ ਪਹਿਲਾਂ ਆਦਮਪੁਰ ਸੀਗਾ ਨਾ, ਅਤੇ ਅੱਜ ਦੇ ਆਦਮਪੁਰ ਦਾ ਗੇੜਾ ਗਰ ਕਰਕੇ ਰੱਖਿਆ ਹੈ ਸਰਕਾਰਾਂ ਨੇ। ਜ਼ਿਲ੍ਹਾ ਜਲੰਧਰ ਦਾ ਛੋਟਾ ਜਿਹਾ ਸ਼ਹਿਰ ਆਦਮਪੁਰ, ਜਿੱਥੋਂ ਦੇ ਰਹਿਣ ਵਾਲੇ ਲੋਕ ਅਤੇ ਦੁਕਾਨਦਾਰ ਕਰੀਬ ਪਿਛਲੇ ਕਈ ਸਾਲਾਂ ਤੋਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਏ ਜਾ ਰਹੇ ਪੁਲ ਅਤੇ ਸਰਵਿਸ ਲਾਈਨ ਦੇ ਅਧੂਰੇ ਕਾਰਜ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸੜਕ ਦੇ ਦੋਵੇਂ ਪਾਸੇ ਪਾਣੀ ਨਾਲ ਭਰੇ ਡੂੰਘੇ ਟੋਏ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਜਿਸ ਕਾਰਨ ਹੁਣ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਲਈ ਵਾਹਨ ਚਾਲਕ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਵਾਇਆ ਫਗਵਾੜਾ ਅਤੇ ਭੋਗਪੁਰ ਰਾਹੀਂ ਹੁਸ਼ਿਆਰਪੁਰ ਜਲੰਧਰ ਜਾ ਰਹੇ ਹਨ। ਪਿਛਲੇ 7-8 ਸਾਲਾਂ ਤੋਂ ਆਦਮਪੁਰ ਦੇ ਦੁਕਾਨਦਾਰ, ਕਾਰੋਬਾਰੀਆਂ ਅਤੇ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਦੀ ਖੱਜਲ ਖੁਆਰੀ ਬਰਕਰਾਰ ਹੈ। ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ ਮਾਰਗ ਦੀ ਮੁਰੰਮਤ ਲਈ ਫੰਡ ਜਾਰੀ ਕਰਕੇ 1 ਅਪ੍ਰੈਲ ਤੋਂ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੰਜੀਵ ਗਾਂਧੀ, ਮੈਂ ਆਦਮਪੁਰ ਦਾ ਵਸਨੀਕ ਹਾਂ, ਠੀਕ ਹੈ। ਮੈਨੂੰ ਲੱਗਦਾ ਜਿਹੜਾ ਅੱਜ ਤੋਂ ਜਦੋਂ ਪਹਿਲਾਂ ਆਦਮਪੁਰ ਸੀਗਾ ਨਾ, ਅਤੇ ਅੱਜ ਦੇ ਆਦਮਪੁਰ ਦਾ ਗੇੜਾ ਗਰ ਕਰਕੇ ਰੱਖਿਆ ਹੈ ਸਰਕਾਰਾਂ ਨੇ। 10-12 ਸਾਲ 15 ਸਾਲ ਤੋਂ ਹੋ ਜਾਂਦੇ ਕਿ ਬੰਦਾ ਕਹਿੰਦਾ ਚਲੋ ਅੱਜ ਹੁੰਦਾ, ਠੀਕ ਅੱਜ ਹੁੰਦਾ। ਹੁਣ ਪਿੱਛੇ ਜੇ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਸੀਗੇ, ਉਹਨਾਂ ਨੇ ਕਹਿੰਦੇ ਪਹਿਲੀ ਨੂੰ ਸਟਾਰਟ ਹੋਣਾ ਆ ਜਿਹੜੇ ਸੜਕ ਦਾ ਕੰਮ, ਸਰਵਿਸ ਲਾਈਨ ਸਟਾਰਟ ਹੋਣੀ ਆ। ਜਿਹੜਾ ਫਲਾਈਓਵਰ ਆ ਉਹ ਇਹਨਾਂ ਨੇ ਹੈਂਡਓਵਰ ਕਰ ਦਿੱਤਾ ਜੀ, ਆਪਣੇ BJP ਸਰਕਾਰ ਨੂੰ, ਮੋਦੀ ਸਰਕਾਰ ਨੂੰ ਹੈਂਡਓਵਰ ਕਰਤਾ ਜੀ, ਉਹ ਬਣਾਉਗੇ। ਬਟ ਮੈਨੂੰ ਲੱਗਦਾ ਇਹ ਸਿਰਫ ਚੁਨਾਵੀ ਸਟੰਟ ਆ, 10 ਮਈ ਤੱਕ ਰਹਿਣੇ ਆ ਨਾ, ਵੈਸੇ ਤੁਹਾਨੂੰ ਇਹ ਨਿਆਣੇ ਦੇਣੇ ਆ ਕਿ ਮੈਂ ਅੱਜ ਕਰ ਰਿਹਾ ਜੀ, ਅੱਜ ਕਰ ਰਹੇ ਹਾਂ ਜੀ, ਅੱਜ ਕਰ ਰਹੇ ਹਾਂ, ਇਹ ਹੋਣਾ ਕੁਛ ਨਹੀਂ, ਠੀਕ ਹੈ। ਵੋਟਾਂ ਤੋਂ ਬਾਅਦ ਤੁਹਾਨੂੰ ਫਿਰ ਨਹੀਂ ਨਜ਼ਰ ਆਉਣੇ ਇਹ ਕੋਈ ਵੀ, ਇਹ MP ਦੀ ਵੋਟਾਂ ਕਰਕੇ ਸਾਰਿਆਂ ਨੇ ਕਹਿਤਾ ਕਿ ਅਸੀਂ ਬਣਾਉਣੇ ਪਏ ਹਾਂ। ਮੈਨੂੰ ਤਾਂ ਆਦਮਪੁਰ ਦੇ ਵਾਸੀਆਂ ਦਾ ਨਹੀਂ ਸਮਝ ਲੱਗਦੀ, ਆਦਮਪੁਰ ਦੇ ਜਿਹੜੇ ਵਸਨੀਕ ਆ ਉਹਨਾਂ ਨੂੰ ਪਾਰਟੀਆਂ ਚਾਹੀਦੀਆਂ ਕਿ ਆਦਮਪੁਰ ਚਾਹੀਦਾ। ਮੈਨੂੰ ਇਹ ਦੱਸਦਾ ਆਦਮਪੁਰ ਦਾ ਬੇੜਾ ਗਰਕ ਕਰਨ ਬੈਠੇ ਆ ਕਿ ਆਦਮਪੁਰ ਨੂੰ ਸੁਧਾਰਨ ਲਈ ਬੈਠੇ ਆ। ਪਾਰਟੀ ਛੱਡੋ ਭਾਜੀ, ਸਾਰੇ ਇੱਕ ਮੁੱਖ ਲਾ ਕੇ ਪੋਸਟਰ ਲਾਓ, ਬੈਨਰ ਲਾਓ ਕਿ ਅਸੀਂ ਵੋਟ ਨਹੀਂ ਪਾਉਣੀ। ਵੋਟ ਤਾਂ ਹੀ ਪਾਓਗੀ ਜੀ ਸਰਵਿਸ ਲਾਈਨ ਬਣਾਉਗੀ, ਉਸ ਤੋਂ ਇਲਾਵਾ ਵੋਟ ਨਾ ਪਾਓ। ਪਰ ਮੈਨੂੰ ਤਾਂ ਲੱਗਦਾ ਇਹ ਪਾਰਟੀਆਂ ਥੱਲੇ ਲੱਗੇ ਹੋਏ ਆ, ਠੀਕ ਹੈ। ਔਰ ਪਾਰਟੀ ਦੇਖੀ ਜਾਂਦੇ ਸਾਡੇ ਸ਼ਹਿਰ ਦਾ ਆਦਮਪੁਰ ਦਾ ਬੇੜਾ ਗਰਕ ਕਰੀ ਜਾਂਦੇ ਸਾਰੇ, ਚਾਹੇ ਮੈਂ ਕਿਸੇ ਪਾਰਟੀ ਦਾ ਨਹੀਂ ਹੈਗਾ, ਚਾਹੇ ਕਾਂਗਰਸ ਹੋਵੇ, ਚਾਹੇ BJP ਹੈ, ਚਾਹੇ ਆਮ ਆਦਮੀ ਹੋ, ਚਾਹੇ ਅਕਾਲੀ, ਸਾਨੂੰ ਵਿਕਾਸ ਨਾ ਮਤਲਬ ਸਾਰੇ ਵਿਕਾਸ ਆਦਮਪੁਰ ਦਾ ਹੋਵੇ ਤਾਂ ਉਹ ਸਾਨੂੰ ਚਾਹੀਦਾ, ਉਹ ਜਿਹੜੀ ਮਰਜ਼ੀ ਪਾਰਟੀ ਕਰੇ। ਇਹ ਸਿਰਫ ਲੋਲੀਪੋਪ ਦੇ ਰਹੇ ਆ MP ਦੇ ਇਲੈਕਸ਼ਨਾਂ ਤੀਕਰ ਕਿ ਅਸੀਂ ਜੀ ਕੰਮ ਪਾਤਾ ਜੀ, ਕੰਮ ਸਟਾਰਟ ਹੋ ਰਿਹਾ ਪਹਿਲੀ ਤੋਂ 4 ਆਏ ਨਹੀਂ, 4 ਤੋਂ 10 ਮਈ ਵੀ ਆ ਜਾਣੀ ਹੈ, 10 ਮਈ ਤੋਂ 13 ਮਈ ਵੀ ਆ ਜਾਣੀ ਹੈ। ਜਿਸ ਤਰ੍ਹਾਂ ਦੇ ਹਾਲਾਤ ਹੈ ਤਾਂ ਕੰਮ ਹੋਣਾ ਹੀ ਨਹੀਂ ਸ਼ੁਰੂ ਭਾਜੀ, ਉਸ ਤੋਂ ਕਹਿੰਦੇ ਜੀ ਭਾਈ ਉਹ 10 ਹੁਣ ਅਗਲੇ 2024 ਦੇਖਾਂਗੇ। ਆਇਆ ਲੋਲੀਪੋਪ ਅਤੇ ਲੋਲੀਪੋਪ ਲੋਲੀਪੋਪ ਚੱਲਣ, ਮਿਹਰਬਾਨੀ। ਅਸੀਂ ਇੱਥੇ ਆਦਮਪੁਰ ਦੇ ਜਿੰਨੇ ਵਾਸੀ ਆ ਜੀ, ਬੜੇ ਪਰੇਸ਼ਾਨ ਆ ਜੀ। ਆਦਮਪੁਰ ਦੀ ਮਤਲਬ ਬਹੁਤ ਜ਼ਿਆਦਾ ਸਥਿਤੀ ਖਰਾਬ ਆ। ਇਹ CM ਮਤਲਬ ਭਗਵੰਤ ਸਾਹਿਬ ਨੂੰ ਮਤਲਬ ਸਾਡੀ ਬੇਨਤੀ ਹੱਥ ਜੋੜ ਕੇ, ਅਸੀਂ ਬਲਕਾਰ ਸਿੰਘ ਆਪਣੇ MLA ਨੂੰ ਵੀ ਕਿਹਾ, ਕਈਆਂ ਨੂੰ ਵੀ, ਮੰਤਰੀਆਂ ਨੂੰ ਕਿਹਾ ਜੀ, ਕੋਈ ਨਹੀਂ ਸੁਣ ਰਿਹਾ। ਅਤੇ ਭਾਅ ਜੀ ਇੱਥੇ ਦੇ ਇੰਨੀ ਮੰਦੀ ਹਾਲਤ ਹੈ, ਜਦੋਂ ਮੀਂਹ ਪੈਂਦਾ ਜੀ ਗੋਡੇ ਗੋਡੇ ਪਾਣੀ ਖੜਾ ਹੁੰਦਾ। ਸ਼ਹਿਰ ਦੇ ਵਾਸੀ ਜਿੰਨੇ ਵੀ ਨਾ ਬਹੁਤ ਤੰਗ ਆ, ਅਤੇ ਅਸੀਂ ਆਪ ਵੀ ਮਤਲਬ ਆਮ ਪਾਰਟੀ ਨੂੰ ਬਲੋਕ ਕਰਦੇ ਜੀ, ਅਤੇ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਆਵਾਜ਼ ਨਾ ਇਹ ਸੁਣਾਈ ਕੀਤੀ ਜਾਵੇ। ਆਦਮਪੁਰ ਦੇ ਜਿੰਨੇ ਵਾਸੀ ਆ ਸਾਰੇ ਹੱਥ ਜੋੜ ਕੇ ਅਸੀਂ ਬੇਨਤੀਆਂ ਕਰਦੇ ਹਾਂ। ਬਹੁਤ ਮੰਦੀ ਹਾਲਤ ਆ, ਐਕਸੀਡੈਂਟ ਬਹੁਤ ਹੋਏ ਜੀ ਇੱਥੇ, ਅਤੇ ਪੁਲ ਮਤਲਬ ਬਣ ਨਹੀਂ ਰਿਹਾ, ਸੜਕ ਦਾ ਬਹੁਤ ਮੰਦੀ ਹਾਲਤ ਆ। ਸਾਡੀ ਇਹੋ ਰਿਕੁਐਸਟ ਆ ਵਾਰ ਵਾਰ ਕੇ CM ਸਾਹਿਬ ਨੂੰ, ਅਤੇ ਸਾਡੀ ਸੁਣਾਈ ਕੀਤੀ ਜਾਵੇ।